ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਕਿਚਨ ਵਿੱਚ। ਅੱਜ ਅਸੀਂ ਤੁਹਾਡੇ ਨਾਲ ਜਿਹੜੀ ਰੈਸਪੀ ਸ਼ੇਅਰ ਕਰਨੀ ਆ ਉਹ ਹੈਗੀ ਹੈ ਜੀ ਮਿਲਕ ਕੇਕ ਦੀ। ਹਾਂਜੀ, ਜਿਹਨੂੰ ਕਲਾਕੰਦ ਵੀ ਕਹਿੰਦੇ ਆ। ਅਤੇ ਜਦੋਂ ਆਪਾਂ ਮਿਕਸ ਮਠਿਆਈ ਵਾਲਾ ਡੱਬਾ ਖੋਲਦੇ ਹਾਂ ਤਾਂ ਆਪਣੀ ਸਾਰਿਆਂ ਤੋਂ ਪਹਿਲਾਂ ਨਿਗਾਹ ਕਲਾਕੰਦ 'ਤੇ ਜਾਂਦੀ ਆ, ਮਿਲਕ ਕੇਕ 'ਤੇ ਜਾਂਦੀ, ਕਿਉਂਕਿ ਇਹ ਬਹੁਤ ਹੀ ਸਵਾਦਿਸ਼ਟ ਹੁੰਦਾ ਅਤੇ ਪਿਓਰ ਖੋਏ ਤੋਂ ਬਣਾਇਆ ਜਾਂਦਾ, ਕੋਈ ਮਿਲਾਵਟ ਨਹੀਂ ਹੁੰਦੀ ਇਹਦੇ ਵਿੱਚ, ਅਤੇ ਬਹੁਤ ਹੀ ਸਵਾਦਿਸ਼ਟ ਹੁੰਦਾ। ਥੋੜ੍ਹੇ ਜਿਹੇ ਇਲਾਇਚੀ ਪਾਊਡਰ ਦੇ ਟੱਚ ਨਾਲ ਇਹਦੀ ਜਿਹੜੀ ਆ ਖੁਸ਼ਬੂ ਆ, ਇਹਦਾ ਟੇਸਟ ਆ ਹੋਰ ਵੀ ਵੱਧ ਜਾਂਦਾ। ਅਤੇ ਅੱਜ ਆਪਾਂ ਇਹ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਥੋੜ੍ਹਾ ਜਿਹਾ ਟਾਈਮ ਜ਼ਰੂਰ ਲੱਗੂਗਾ, ਪਰ ਇਹ ਬਹੁਤ ਹੀ ਸਵਾਦਿਸ਼ਟ ਬਣੂਗੀ। ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਅੱਜ ਅਸੀਂ ਤੁਹਾਨੂੰ ਮਿਲਕ ਕੇਕ ਬਣਾਉਣਾ ਦੱਸਾਂਗੇ, ਅਤੇ ਇਹ ਬਹੁਤ ਹੀ ਸੌਫਟ ਸੌਫਟ ਬਣੂਗਾ, ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋਊਗਾ। ਅਤੇ ਮਿਲਕ ਕੇਕ ਬਣਾਉਣ ਤੋਂ ਪਹਿਲਾਂ ਜਿਹੜੇ ਫਰੈਂਡਸ ਸਾਡੇ ਚੈਨਲ 'ਤੇ ਨਵੇਂ ਆਏ ਆ, ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਅਤੇ ਚਲੋ ਜੀ, ਬਣਾਉਣਾ ਸ਼ੁਰੂ ਕਰਦੇ ਮਿਲਕ ਕੇਕ। ਅਤੇ ਮਿਲਕ ਕੇਕ ਬਣਾਉਣ ਦੇ ਲਈ ਇੱਥੇ ਮੈਂ ਜਿਹੜਾ ਦੁੱਧ ਲਿਆ ਉਹ ਹੈ 2 ਕਿਲੋ। ਹਾਂਜੀ, 2 ਲੀਟਰ ਦੁੱਧ ਮੈਂ ਇੱਥੇ ਮੱਝ ਦਾ ਦੁੱਧ ਯੂਜ਼ ਕੀਤਾ, ਉਹ ਲਿਆ। ਅਤੇ ਉਹਨੂੰ ਆਪਾਂ ਇੱਕ ਜਿਹੜਾ ਹੈਗਾ ਮੋਟੇ ਕੜਾਹੀ ਦੇ ਵਿੱਚ ਆਪਾਂ ਇਸਨੂੰ ਖੋਆ ਬਣਾਉਣਾ ਪਹਿਲਾਂ ਇਸਦਾ ਆਪਾਂ, ਅਤੇ ਇਸ ਨੂੰ ਆਪਾਂ ਉਬਾਲ ਆਉਣ ਤੱਕ ਇਸ ਤਰ੍ਹਾਂ ਰੱਖ ਦੇਣਾ ਹੈਗਾ। ਹਾਈ ਫਲੇਮ 'ਤੇ ਆਪਾਂ ਅੱਜ ਜਿਹੜਾ ਹੈਗਾ ਖੋਆ ਬਣਾਵਾਂਗੇ ਪਹਿਲਾਂ, ਅਤੇ ਉਸ ਤੋਂ ਬਾਅਦ ਮਿਲਕ ਕੇਕ ਤਿਆਰ ਕਰਾਂਗੇ। ਅਤੇ ਜਿਹੜਾ ਦੁੱਧ ਥੋੜ੍ਹਾ ਟਾਈਮ ਫਰਿੱਜ 'ਚ ਪਿਆ ਸੀ ਅਤੇ ਉੱਪਰ ਮਲਾਈ ਆ ਗਈ ਸੀ, ਅਤੇ ਜਿਵੇਂ ਜਿਵੇਂ ਗਰਮ ਹੋਊਗਾ ਅਤੇ ਉਹ ਮਲਾਈ ਜਿਹੜੀ ਆ ਵਿੱਚ ਘੁਲ ਜਾਵੇਗੀ। ਅਤੇ ਇਸ ਤਰ੍ਹਾਂ ਉਬਾਲ ਆਉਣ ਤੱਕ ਆਪਾਂ ਇਸਨੂੰ ਹਲਕਾ ਹਲਕਾ ਹਿਲਾਉਣਾ, ਜ਼ਿਆਦਾ ਹਿਲਾਉਣ ਦੀ ਲੋੜ ਨਹੀਂ ਹੈਗੀ ਹਲੇ ਤਾਂ, ਪਰ ਜਦੋਂ ਉਬਾਲ ਆਉਣ ਲੱਗ ਗਿਆ ਉਸ ਤੋਂ ਬਾਅਦ ਆਪਾਂ ਇਸਨੂੰ ਲਗਾਤਾਰ ਜਿਹੜਾ ਹੈਗਾ ਖੁਚਣੀ ਦੇ ਨਾਲ ਨੀਚੇ ਤੋਂ ਇਸ ਤਰ੍ਹਾਂ ਹਿਲਾਵਾਂਗੇ। ਹੁਣ ਇਸ ਨੂੰ ਜਿਹੜਾ ਹੈਗਾ ਉਬਾਲ ਆਉਣ ਤੋਂ ਬਾਅਦ 15-20 ਮਿੰਟ ਹੋ ਗਏ ਆ, ਇਹ ਪੱਕ ਰਿਹਾ ਉਬਲ ਰਿਹਾ, 15-20 ਮਿੰਟ ਹੋ ਗਏ ਇਸਨੂੰ ਹਾਈ ਫਲੇਮ ਦੇ ਉੱਪਰ ਆਪਾਂ ਇਸਨੂੰ ਜਿਹੜਾ ਹੈਗਾ ਪਕਾਉਣਾ ਹੈਗਾ। ਇਹਦਾ ਪਾਣੀ ਜਿਹੜਾ ਹੈਗਾ ਵਿੱਚ ਆਪਾਂ ਸਾੜ ਦੇਣਾ, ਅਤੇ ਖੋਆ ਜਿਹੜਾ ਆਪਾਂ ਆਪਣੇ ਕੋਲ ਰਹਿ ਜੂਗਾ ਹੌਲੀ ਹੌਲੀ ਇਸ ਤਰ੍ਹਾਂ ਦਾ ਬਣਦਾ ਜਾਵੇਗਾ, ਦੁੱਧ ਆਪਣਾ ਸੰਘਣਾ ਹੋ ਰਿਹਾ। ਅੱਧਾ ਪੌਣਾ ਕੁ ਘੰਟਾ ਹੋ ਗਿਆ ਆਪਾਂ ਨੂੰ ਇਸ ਤਰ੍ਹਾਂ ਚਲਾਉਂਦੇ ਹੋਇਆ ਨੂੰ ਦੁੱਧ ਨੂੰ। ਅਤੇ ਜਿਹੜਾ ਪੂਰਾ ਟਾਈਮ ਲੱਗੇਗਾ, ਵੱਧ ਤੋਂ ਵੱਧ 1.5 ਘੰਟਾ ਲੱਗੂਗਾ 2 ਲੀਟਰ ਦੁੱਧ ਨੂੰ ਖੋਆ ਬਣਾਉਣ ਦੇ ਵਿੱਚ। ਇਹ ਜਿਹੜੀ ਡਿਸ਼ ਆ ਟਾਈਮ ਜ਼ਰੂਰ ਲੈਂਦੀ ਹੈ, ਪਰ ਇਹ ਬਹੁਤ ਹੀ ਟੇਸਟੀ ਬਣਦੀ ਆ, ਅਤੇ ਆਪਣੇ ਸਾਰਿਆਂ ਦੀ ਪਸੰਦੀ ਡਿਸ਼ ਹੈ ਕਲਾਕੰਦ ਮਿਲਕ ਕੇਕ ਜਿਹਨੂੰ ਕਹਿ ਦਿੰਦੇ ਆ। ਅਤੇ ਇਸ ਤਰ੍ਹਾਂ ਆਪਣਾ ਦੁੱਧ ਜਿਹੜਾ ਹੈਗਾ ਬਹੁਤ ਹੀ ਘੱਟ ਰਹਿ ਗਿਆ, ਅਤੇ ਜਦੋਂ ਇਹ 1/3 ਰਹਿ ਜਾਵੇ, ਮਤਲਬ ਜਦੋਂ 3 ਹਿੱਸੇ ਇਹਦੇ ਮਤਲਬ ਪਾਣੀ ਉੱਡ ਜਾਵੇ, ਤਾਂ ਚੌਥਾ ਹਿੱਸਾ ਜਿਹੜਾ ਆਪਣੇ ਕੋਲ ਬਾਕੀ ਰਹਿ ਜਾਵੇ, ਅਤੇ ਉਦੋਂ ਆਪਾਂ ਇਹਦੇ ਵਿੱਚ ਚੀਨੀ ਪਾਉਣੀ ਆ। ਉਦੋਂ ਤੱਕ ਆਪਾਂ ਜਿਹੜਾ ਇਸਨੂੰ ਚੰਗੀ ਤਰ੍ਹਾਂ ਖੋਚਣਾ, ਨੀਚੇ ਮਾਰ ਕੇ ਕੜਾਹੀ ਦੇ ਤਲੇ 'ਤੇ ਮਾਰ ਕੇ ਇਸਨੂੰ ਹਿਲਾਉਣਾ, ਤਾਂ ਜੋ ਨੀਚੋਂ ਜਲ ਨਾ ਜਾਵੇ। ਅਤੇ ਇਹ ਜਿਹੜਾ ਹੈਗਾ 1/3 ਆਪਣਾ ਰਹਿ ਗਿਆ ਦੁੱਧ, ਖੋਆ ਬਣ ਰਿਹਾ, ਪੂਰਾ ਨਹੀਂ ਬਣਿਆ, ਮਤਲਬ 2 ਕਿਲੋ ਦੁੱਧ ਸੀ ਆਪਣਾ, ਅਤੇ 1/2 ਕਿਲੋ ਤੋਂ ਥੋੜ੍ਹਾ ਜਿਹਾ ਜ਼ਿਆਦਾ ਆ ਇਹ ਖੋਆ ਜਿਹੜਾ ਆਪਣਾ, ਕਿਉਂਕਿ ਮੱਝ ਦਾ ਦੁੱਧ ਹੈ ਅਤੇ ਮੱਝ ਦੇ ਦੁੱਧ ਵਿੱਚੋਂ ਖੋਆ ਜ਼ਿਆਦਾ ਨਿਕਲਦਾ, ਤਾਂ ਇਸ ਕਰਕੇ ਥੋੜ੍ਹਾ ਜ਼ਿਆਦਾ ਰਹਿ ਗਿਆ ਵਾ 1/2 ਲੀਟਰ ਤੋਂ। ਅਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆ ਆਪਣੀ ਚੀਨੀ ਵਗੈਰਾ ਪਾਵਾਂਗੇ। ਪਹਿਲਾਂ ਚੀਨੀ ਲਈ ਆ 2 ਕਿਲੋ ਦੁੱਧ ਸੀ, 200 ਗ੍ਰਾਮ ਆਪਾਂ ਚੀਨੀ ਲੈਣੀ ਆ। ਇਹ 1 ਚਮਚ ਆਪਾਂ ਜਿਹੜਾ ਇਲਾਇਚੀ ਪਾਊਡਰ ਲਿਆ, ਅਤੇ 1 ਨਿੰਬੂ ਪਾਵਾਂਗੇ ਨਿਚੋੜ ਕੇ ਇਸਨੂੰ ਇਸਦੇ ਦਾਣੇ ਬਣਾਉਣ ਲਈ। ਕਲਾਕੰਦ ਵਿੱਚ ਜਿਹੜੇ ਦਾਣੇ ਹੁੰਦੇ ਆ ਉਹ ਨਿੰਬੂ ਵਗੈਰਾ ਨਿਚੋੜ ਕੇ ਪਾਇਆ ਹੁੰਦਾ, ਉਹਦੇ ਨਾਲ ਜਿਹੜਾ ਹੈਗਾ ਫਟ ਜਾਂਦਾ ਵਾ ਦੁੱਧ ਆਪਣਾ, ਅਤੇ ਉਹ ਦਾਣੇ ਬਣ ਜਾਂਦੇ ਆ ਜਿਹਦੇ ਨਾਲ ਆਪਣਾ ਜਿਹੜਾ ਕਲਾਕੰਦ ਬਣ ਕੇ ਤਿਆਰ ਹੁੰਦਾ। ਅਤੇ ਇਸ ਤਰ੍ਹਾਂ ਹੁਣ ਆਪਣਾ ਦੁੱਧ ਜਿਹੜਾ ਇਸ ਤਰ੍ਹਾਂ ਦਾ ਹੋ ਗਿਆ, ਬਹੁਤ ਸੰਘਣਾ ਹੋ ਗਿਆ। ਅਤੇ ਹੁਣ ਇਸਨੂੰ ਲੋ ਫਲੇਮ 'ਤੇ ਆਪਾਂ ਇਸ ਤੋਂ ਬਾਅਦ ਪਕਾਉਣਾ, ਅਤੇ ਹੁਣ ਹਾਈ ਫਲੇਮ ਨਹੀਂ ਕਰਨੀ, ਇਸ ਤੋਂ ਪਹਿਲਾਂ ਆਪਾਂ ਫੁੱਲ ਗੈਸ 'ਤੇ ਇਸਨੂੰ ਪਕਾ ਸਕਦੇ ਹਾਂ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਜਿਹੜਾ ਨਿੰਬੂ ਨਿਚੋੜਿਆ ਹੋਇਆ ਸੀ, ਨਿੰਬੂ ਨਿਚੋੜ ਕੇ ਆਪਾਂ ਉਹਦੇ ਵਿੱਚ ਓਨਾ ਹੀ ਪਾਣੀ ਪਾ ਲਿਆ, ਉਸਨੂੰ ਡਬਲ ਕਰ ਲਿਆ, 1 ਨਿੰਬੂ ਨਿਚੋੜਿਆ, ਅਤੇ ਜਿੰਨਾ ਆਪਣਾ ਰਸ ਨਿਕਲਿਆ ਨਿੰਬੂ ਦਾ ਜੂ, ਅਤੇ ਉਹਦੇ ਵਿੱਚ ਓਨਾ ਹੀ ਪਾਣੀ ਪਾ ਕੇ, ਅਤੇ ਉਸਨੂੰ ਇਸ ਤਰ੍ਹਾਂ ਉੱਪਰ ਪਾ ਕੇ, ਅਤੇ 1/2 ਮਿੰਟ ਰੱਖਣਾ। 1/2 ਮਿੰਟ ਬਾਅਦ ਆਪਾਂ ਇਸਨੂੰ ਹਿਲਾਉਣਾ, ਬਾਅਦ ਵਿੱਚ 1/2 ਮਿੰਟ ਆਪਾਂ ਉਸੇ ਤਰ੍ਹਾਂ ਰੱਖਣਾ, ਹਿਲਾਉਣਾ ਨੀਗਾ। ਅਤੇ ਹੁਣ ਹਿਲਾਉਣ ਤੋਂ ਬਾਅਦ ਜਿਹੜਾ ਆਪਣਾ ਖੋਆ ਹੈਗਾ, ਦੁੱਧ ਹੈਗਾ, ਇਸਦੇ ਦਾਣੇ ਬਣ ਜਾਣਗੇ,
ਜੋ ਕਿ ਆਪਾਂ ਨੂੰ ਚਾਹੀਦੇ ਆ ਕਲਾਕੰਦ ਬਣਾਉਣ ਲਈ, ਮਿਲਕ ਕੇਕ ਬਣਾਉਣ ਲਈ ਆਪਾਂ ਨੂੰ ਦਾਣੇਦਾਰ ਖੋਆ ਜਿਹੜਾ ਹੈਗਾ ਉਹ ਚਾਹੀਦਾ। ਅਤੇ ਜੇਕਰ ਜੇਕਰ ਅੱਧੇ ਮਿੰਟ ਦੇ ਵਿੱਚ ਵਿੱਚ ਆਪਣਾ ਦਾਣੇ ਨਾ ਬਣਨੇ ਇਹਦੇ ਵਿੱਚ, ਤਾਂ ਆਪਾਂ ਹੋਰ ਨਿੰਬੂ ਨਿਚੋੜ ਕੇ ਇਸ ਵਿੱਚ ਪਾ ਸਕਦੇ ਹਾਂ, ਉਨਾ ਹੀ ਪਾਣੀ ਪਾ ਕੇ, ਉਨਾ ਹੀ ਨਿੰਬੂ ਦਾ ਰਸ ਪਾ ਕੇ ਮਿਕਸ ਕਰਕੇ ਅਤੇ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ। ਅਤੇ ਮੇਰੇ ਜਿਹੜੇ ਹੈਗਾ ਖੋਏ ਦੇ ਵਿੱਚ ਦਾਣੇ ਬਣ ਗਏ ਆ, ਤਾਂ ਮੈਂ ਹੋਰ ਨਿੰਬੂ ਨਹੀਂ ਪਾਵਾਂਗੀ। ਅਤੇ ਇਸੇ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਇਸ ਨੂੰ ਹੋਰ ਮਤਲਬ ਪਕਾਉਣਾ ਹੈ ਇਹਨੂੰ, ਹਾਲੇ ਜ਼ਿਆਦਾ ਤੱਕ ਇਹ ਕੜਾਹੀ ਨਹੀਂ ਛੱਡ ਦਿੰਦਾ ਆਪਣਾ ਖੋਆ। ਆਹ ਦੇਖੋ ਦਾਣੇ ਬਣ ਚੁੱਕੇ ਆਪਣੇ ਕਲਾਕੰਦ ਲਈ, ਅਤੇ ਇਸਨੂੰ ਇਸੇ ਤਰ੍ਹਾਂ ਲਗਾਤਾਰ ਸਾਈਡਾਂ ਤੋਂ ਵੀ ਹਿਲਾਉਣਾ ਤਾਂ ਜੋ ਜਲ ਕੇ ਇਹਦੇ ਵਿੱਚ ਜਿਹੜੇ ਹੈਗੇ ਕਾਲੇ ਕਾਲੇ ਕਣ ਨਾ ਆ ਜਾਣ। ਇਸ ਕਰਕੇ ਇਸਨੂੰ ਸਾਈਡਾਂ ਤੋਂ ਔਰ ਨੀਚੇ ਤੋਂ ਕੇਅਰਫੁਲੀ ਹਿਲਾਉਣਾ ਹੈਗਾ ਖੁਰਚਣੀ ਦੇ ਨਾਲ ਲਗਾਤਾਰ। ਜਦੋਂ ਇਹ ਇਸ ਤਰ੍ਹਾਂ ਖੋਆ ਬਣ ਜਾਵੇ ਤਾਂ ਫਲੇਮ ਜਿਹੜੀ ਆ ਲੋਅ ਕਰ ਲੈਣੀ ਆ। ਇਸ ਤੋਂ ਪਹਿਲਾਂ ਜਿਹੜੀ ਹੈਗੀ ਆ ਸੇਕ ਤੁਸੀਂ ਹਾਈ ਰੱਖ ਸਕਦੇ ਹੋ। ਇਸ ਤਰ੍ਹਾਂ ਲਗਾਤਾਰ ਇਸਨੂੰ ਹਿਲਾਉਂਦੇ ਹੋਏ ਆਪਾਂ ਜਿਹੜਾ ਹੈਗਾ ਬਣਾਉਣਾ ਹੈ। ਅਤੇ ਮਿਹਨਤ ਤਾਂ ਲੱਗਦੀ ਹੈ, ਸਿਰਫ ਇਸੇ ਕੰਮ 'ਤੇ ਲੱਗਦੀ ਹੈ ਜਦੋਂ ਆਪਾਂ ਦੁੱਧ ਤੋਂ ਖੋਆ ਬਣਾਉਣਾ ਹੈਗਾ, ਇਸਨੂੰ ਲਗਾਤਾਰ ਹਿਲਾਉਂਦੇ ਰਹਿਣਾ, ਸਿਰਫ ਉਹੀ ਮਿਹਨਤ ਆ। ਜ਼ਿਆਦਾ ਮੁਸ਼ਕਲ ਦਾ ਕੰਮ ਤਾਂ ਹੈ ਨਹੀਂ ਗਾ। ਅਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਪਾ ਦਾਂਗੇ। ਜਦੋਂ ਚੰਗੀ ਤਰ੍ਹਾਂ ਦਾਣੇ ਬਣ ਜਾਣ ਅਤੇ 5 ਕੁ ਮਿੰਟ ਉਸਨੂੰ ਪਕਾਉਣ ਤੋਂ ਬਾਅਦ ਆਪਾਂ ਜਿਹੜਾ ਹੈਗਾ ਚੀਨੀ ਪਾ ਦੇਣੀ ਆ। ਚੀਨੀ ਜਦੋਂ ਮੈਲਟ ਹੋ ਜਾਏ ਵਿੱਚ, ਚੀਨੀ ਆਪਾਂ 200 ਗ੍ਰਾਮ ਲਈ ਹੈ, 2 ਕਿਲੋ ਦੁੱਧ ਦੇ ਖੋਏ ਵਿੱਚ ਆਪਾਂ 200 ਗ੍ਰਾਮ ਹੀ ਚੀਨੀ ਪਾਵਾਂਗੇ। ਤੁਸੀਂ ਘੱਟ ਵੀ ਕਰ ਸਕਦੇ ਹੋ ਕਿਉਂਕਿ ਖੋਆ ਵੀ ਮਿੱਠਾ ਹੁੰਦਾ। ਅਤੇ ਨਾਲ ਦੀ ਨਾਲ ਆਪਾਂ ਪਾ ਦਿਆਂਗੇ ਜੀ ਇਲਾਇਚੀ ਪਾਊਡਰ 1 ਚਮਚ ਲਿਆ। ਅਤੇ ਚੀਨੀ ਤੁਸੀਂ ਜਿਹੜੀ ਹੈਗੀ ਆ ਆਪਣੇ ਟੇਸਟ ਦੇ ਅਨੁਸਾਰ ਵੱਧ ਘੱਟ ਪਾ ਸਕਦੇ ਹੋ, ਜ਼ਿਆਦਾ ਤਾਂ ਨਹੀਂ ਪਰ ਘੱਟ ਜ਼ਰੂਰ ਕਰ ਸਕਦੇ ਹੋ। ਕਈਆਂ ਨੂੰ ਘੱਟ ਮਿੱਠਾ ਖਾਣਾ ਪਸੰਦ ਆ ਤਾਂ ਉਹ ਘੱਟ ਵੀ ਕਰ ਸਕਦੇ ਚੀਨੀ। ਅਤੇ ਹਾਂਜੀ, ਇਸ ਤਰ੍ਹਾਂ ਫਿਰ ਇਸ ਨੂੰ ਆਪਾਂ ਇਲਾਇਚੀ ਪਾਊਡਰ ਨੂੰ ਵੀ ਵਿੱਚ ਮਿਕਸ ਕਰ ਲਾਂਗੇ। ਅਤੇ ਇਸੇ ਤਰ੍ਹਾਂ ਲੋਅ ਫਲੇਮ 'ਤੇ ਲਗਾਤਾਰ ਹਿਲਾਉਂਦੇ ਰਹਾਂਗੇ ਜਦ ਤੱਕ ਇਹਦਾ ਚੰਗੀ ਤਰ੍ਹਾਂ ਪਾਣੀ ਸੁੱਕ ਨਹੀਂ ਜਾਂਦਾ ਅਤੇ ਆਪਣਾ ਜਿਹੜਾ ਹੈਗਾ ਮਿਲਕ ਕੇਕ ਜਿਹੜਾ ਹੈਗਾ ਕੜਾਹੀ ਛੱਡ ਨਹੀਂ ਦਿੰਦਾ। ਆ ਦੇਖੋ ਜੀ, 1/2 ਘੰਟਾ ਚੀਨੀ ਪਾਉਣ ਤੋਂ ਬਾਅਦ 'ਚ ਇਸ ਤਰ੍ਹਾਂ ਦਾ ਬਣ ਜਾਵੇਗਾ। ਇਹ ਕੜਾਹੀ ਛੱਡ ਰਿਹਾ, ਬਿਲਕੁਲ ਸੁੱਕ ਗਿਆ ਜਦ। ਅਤੇ ਇਹਨੂੰ ਉਦੋਂ ਤੱਕ ਹੀ ਪਕਾਉਣਾ ਜਦ ਤੱਕ ਇਹ ਜੇਕਰ ਆਪਾਂ ਇਸ ਨੂੰ ਜਮਾਈਏ ਤਾਂ ਚੰਗੀ ਤਰ੍ਹਾਂ ਜੰਮ ਜਾਵੇ, ਇਸ ਦੇ ਪੀਸ ਕੱਟੇ ਜਾਣ। ਅਤੇ ਹੁਣ ਦੇਖੋ ਪਾਣੀ ਬਿਲਕੁਲ ਸੁੱਕ ਗਿਆ ਅਤੇ ਆਪਣਾ ਜਿਹੜਾ ਕਲਾਕੰਦ ਹੈਗੀ ਆ ਬਣ ਕੇ ਤਿਆਰ ਹੈ, ਮਿਲਕ ਕੇਕ ਬਣ ਲਈ ਤਿਆਰ ਹੈ ਬਿਲਕੁਲ। ਹੁਣ ਆਪਾਂ ਇਸ ਨੂੰ ਅਲੱਗ ਡੋਂਗੇ ਵਿੱਚ ਕੱਢ ਕੇ ਜਮਾਵਾਂਗੇ, ਬਾਅਦ 'ਚ ਪੀਸ ਕੱਟਾਂਗੇ। ਹਾਂਜੀ, ਇਸ ਤਰ੍ਹਾਂ ਪਾਣੀ ਵਿੱਚੋਂ ਬਿਲਕੁਲ ਸੁੱਕ ਗਿਆ। ਅਤੇ ਹੁਣ ਆਪਾਂ ਗਰੀਸ ਕਰਾਂਗੇ ਆਪਣੇ ਡੋਂਗੇ ਨੂੰ, ਜਿਹਦੇ ਵਿੱਚ ਆਪਾਂ ਇਸ ਨੂੰ ਪਾ ਕੇ ਰੱਖਣਾ। ਪੂਰੇ 24 ਘੰਟੇ ਲਈ ਇਸ ਨੂੰ ਰੱਖਣਾ ਹੈਗਾ ਅਤੇ ਨੋਰਮਲ ਰੂਮ ਟੈਂਪਰੇਚਰ 'ਤੇ ਰੱਖਣਾ, ਫਰਿੱਜ ਦੇ ਵਿੱਚ ਨਹੀਂ ਰੱਖਣਾ। ਇਸ ਤਰ੍ਹਾਂ ਗਰੀਸ ਕਰ ਲੈਣਾ ਪਹਿਲਾਂ, ਦੇਸੀ ਘਿਓ ਨਾਲ ਮੈਂ ਗਰੀਸ ਕਰ ਲਿਆ ਇਸ ਨੂੰ, ਤਾਂ ਜੋ ਜਦੋਂ ਆਪਾਂ ਇਸ ਨੂੰ ਬਾਹਰ ਕੱਢੀਏ ਤਾਂ ਥੋੜ੍ਹਾ ਜਿਹਾ ਗਰਮ ਕਰਕੇ ਕੱਢੀਏ ਤਾਂ ਆਸਾਨੀ ਨਾਲ ਜਿਹੜਾ ਆਪਣਾ ਮਿਲਕ ਕੇਕ ਆ ਡੋਂਗੇ ਦੇ ਵਿੱਚੋਂ ਨਿਕਲ ਜਾਵੇ। ਤਾਂ ਇਸ ਤਰ੍ਹਾਂ ਆਪਾਂ ਜਿਹੜਾ ਸਾਰਾ ਮਿਸ਼ਰਣ ਹੈਗਾ ਖੋਆ ਆਪਣਾ ਜਿਹੜਾ ਹੈਗਾ ਉਹ ਸਾਰਾ ਡੋਂਗੇ ਦੇ ਵਿੱਚ ਇਸ ਤਰ੍ਹਾਂ ਪਾ ਲੈਣਾ। ਅਤੇ ਹਾਂਜੀ, ਬਹੁਤ ਹੀ ਸਵਾਦਿਸ਼ਟ ਆਪਣੀ ਕਲਾਕੰਦ ਬਣਨ ਵਾਲੀ ਹੈ, ਆਪਣਾ ਮਿਲਕ ਕੇਕ ਬਹੁਤ ਹੀ ਸਵਾਦਿਸ਼ਟ ਬਣਨ ਵਾਲਾ ਹੈਗਾ ਅਤੇ ਬਹੁਤ ਹੀ ਟੇਸਟੀ ਲੱਗਦਾ, ਬਹੁਤ ਹੀ ਸੋਹਣਾ ਵੀ ਲੱਗਦਾ ਅਤੇ ਸਭ ਦੀ ਪਸੰਦ ਹੈ। ਕੋਈ ਇਹ ਨਹੀਂ ਕਹੂਗਾ ਕਿ ਮੈਨੂੰ ਨਹੀਂ ਪਸੰਦ। ਜਦ ਘਰ ਵਿੱਚ ਬਣਿਆ ਹੋਵੇ ਤਾਂ ਆਲਰੇਡੀ ਚੀਜ਼ ਜਿਹੜੀ ਹੈਗੀ ਆ ਪਿਓਰ ਹੁੰਦੀ ਹੈ ਅਤੇ ਬਹੁਤ ਹੀ ਟੇਸਟੀ ਬਣਦੀ ਹੈ। ਅਤੇ ਇਸ ਤਰ੍ਹਾਂ ਚਮਚ ਨਾਲ ਇਸ ਨੂੰ ਆਪਾਂ ਇਕੁਅਲ ਕਰ ਲੈਣਾ ਹੈ ਅਤੇ ਚੰਗੀ ਤਰ੍ਹਾਂ ਥੋੜ੍ਹਾ ਜਿਹਾ ਨੱਪ ਕੇ ਇਸ ਨੂੰ ਸੈੱਟ ਕਰ ਦੇਣਾ। ਅਤੇ ਹੁਣ ਆਪਾਂ ਇਸ ਨੂੰ 24 ਘੰਟੇ ਲਈ ਰੱਖਾਂਗੇ ਢੱਕ ਕੇ। 24 ਘੰਟੇ ਬਾਅਦ ਆਪਾਂ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਦਾ ਬਣ ਗਿਆ ਆਪਣਾ ਜਿਹੜਾ ਮਿਲਕ ਕੇਕ ਆ। ਅਤੇ ਹੁਣ ਆਪਾਂ ਇਸ ਨੂੰ ਡੋਂਗੇ 'ਚੋਂ ਕੱਢ ਲਾਂਗੇ, ਥੋੜ੍ਹਾ ਜਿਹਾ ਨੀਚੋਂ ਗਰਮ ਕਰ ਲੈਣਾ ਤਾਂ ਜੋ ਆਸਾਨੀ ਨਾਲ ਨਿਕਲ ਜਾਵੇ। ਤਾਂ ਹੁਣ ਆਪਾਂ ਇਸ ਦੇ ਪੀਸ ਕੱਟ ਕੇ ਇਸ ਨੂੰ ਸਰਵ ਕਰ ਸਕਦੇ ਹਾਂ, ਕੋਈ ਵੀ ਡਿਜ਼ਾਇਨ ਦੇ ਸਕਦੇ ਹੋ ਪੀਸਿਸ ਦੇ, ਕਿਸੇ ਤਰ੍ਹਾਂ ਵੀ ਇਸ ਨੂੰ ਕੱਢ ਸਕਦੇ ਹੋ। ਅਤੇ ਮੈਂ ਜਿਹੜੇ ਹੈਗੇ ਆ ਵੱਡੇ ਵੱਡੇ ਪੀਸ ਕੱਟੇ ਸੀਗੇ ਇਸ ਦੇ ਚੌਰਸ, ਹਾਂਜੀ ਇਸ ਤਰ੍ਹਾਂ ਕਰ ਲਏ ਸੀ। ਅਤੇ ਉੱਪਰ ਮੈਂ ਥੋੜ੍ਹਾ ਜਿਹਾ ਇਹਨੂੰ ਗਾਰਨਿਸ਼ ਕਰਤਾ ਸੀ ਕਾਜੂ ਦੇ ਨਾਲ,
अगर ये कल्ला भी खाया जाए तो बहुत टेस्टी होंगे, पर जोड़े है काजू साढ़े सब की पसंद है, इस करके मैं काजू लगाए हैं। तो जेकर अज की वीडियो तुम्हें चंकी लगे तो प्लीज़ प्लीज़ लाइक कमेंट से शेयर जरूर करो, चैनल सबसक्राइब जरूर करो। वीडियो देखने लिए बहुत बहुत धन्यवाद।